जी सत श्री अकाल जी सारयां नूं उम्मीद करदा सारे ठीक ठाक होवोगे। अज दी वीडियो च मैं तुहानूं दिखाण जा रहा कि आपां ट्रैक्टर ते ट्रेलर किद्दां सैपरेट करीदा है। तो अपने वालों ट्राई करूँगा कि तुहानूं सारा स्टैप बाय स्टैप दिखाई देवे ते तुहानूं सारा कुछ एक्सप्लेन करा जिन्ना मेरे को हो सके। ते टाइम सीगा कि मैनूं कंपनी ने जरा ट्रेलर आनू एक ट्रेलर छड़न दिता सगा तो इतने आप ट्रेलर छड़न आए हैं। इस करके फिर मैं मेरे को अपॉर्चुनिटी सी मैं आप दिखा सकी थानू कि आप सैपरेट करी दा। ठीक है, इस टाइम आप वेट ये वेट करते पे आ कि वेट है ट्रेलर का। तो उस तो बाद मैं दसूगे भी कि जगह पर ਕਿਹੜੇ ਨੰਬਰ ਦੀ ਪਾਰਕਿੰਗ 'ਤੇ ਮੈਂ ਟ੍ਰੇਲਰ ਲਾਉਣਾ। ਅਤੇ ਇਸ ਟਾਈਮ ਆਪਾਂ ਫਰਾਂਸ 'ਚ ਹਾਂ ਅਤੇ ਬਹੁਤ ਹੀ ਟਾਈਟ ਜਗ੍ਹਾ ਆ ਕਿ ਅਸੀਂ ਟਾਇਰ ਹੀ ਫਸਦੇ ਹਾਂ। ਅਤੇ ਉਹ ਜਿਹੜਾ ਵੇਇੰਗ ਪਲੇਸ ਆ ਜਿਹੜਾ ਸਕੇਲ ਆ ਉਹਦੇ ਉੱਤੇ ਤੁਸੀਂ ਆਪਣਾ ਟ੍ਰੇਲਰ ਦੇ ਦੋਨੇ ਟਾਇਰ ਜਿਹੜੇ ਪਿਛਲੇ ਆ ਤਿੰਨ ਦੇ ਤਿੰਨ ਟਾਇਰ ਉਹ ਰੱਖਣੇ ਹੁੰਦੇ ਆ ਅਤੇ ਉਹ ਫਿਰ ਵੇਟ ਕਰਦੇ ਆ। ਬਸ ਉਹਨਾਂ ਨੇ ਵੇਟ ਕਰ ਲਿਆ ਅਤੇ ਹੁਣ ਆਪਾਂ ਨਿਕਲਦੇ ਹਾਂ। ਉਹਨੇ ਆਪਾਂ ਨੂੰ ਦੱਸਿਆ ਵੀ ਆਪਣੇ ਲੈਫਟ ਹੈਂਡ ਸਾਈਡ ਜਿਹੜੀ ਜਗ੍ਹਾ ਆ ਉੱਥੇ ਨੰਬਰ ਦਿੱਤਾ ਹੈ ਅਤੇ ਉਸ ਬੇ ਦੇ ਉੱਤੇ ਆਪਾਂ ਇਹਨੂੰ ਪਾਰਕ ਕਰਕੇ ਅਤੇ ਟ੍ਰੇਲਰ ਛੱਡ ਦੇਣਾ ਹੈ। ਇਸ ਟਾਈਮ ਜਿਹੜਾ ਟ੍ਰੇਲਰ ਹੀ ਪਿੱਛੋਂ ਦੀ ਨਿਕਲਦਾ ਪਿਆ ਤਾਂ ਕਰਕੇ ਫਿਰ ਆਪਾਂ ਨੂੰ ਦੇਖਣਾ ਪੈਂਦਾ ਵੀ ਕਦੋਂ ਆਪਾਂ ਉਹਨੂੰ ਟਰੈਕਟਰ ਨੂੰ ਮੋੜਿਆ ਜਿਹੜਾ ਆ ਉਹਨੂੰ ਆਪਾਂ ਟਰਨ ਕਰਨਾ। ਜੇ ਆਪਾਂ ਪਹਿਲਾਂ ਟਰਨ ਕਰ ਦਈਏ ਅਤੇ ਪਹਿਲਾਂ ਜੇ ਆਪਾਂ ਕਟਾਈ ਕਰ ਦਈਏ ਜਿਹੜਾ ਪਿਛਲਾ ਟ੍ਰੇਲਰ ਆ ਉਹਨੂੰ ਵੱਜਦਾ ਜਾ ਕੇ ਐਡੇ ਟੇ। ਇਹਨਾਂ ਨੇ ਪੱਥਰ ਰੱਖੇ ਹੋਏ ਆ, ਇਹ ਕਿਸ ਲਈ ਰੱਖੇ ਹੋਏ? ਇਹਦੇ ਲਈ ਰੱਖੇ ਆ ਵੀ ਜਿਹੜਾ ਆਪਣਾ ਕੋਈ ਬੰਦਾ ਹਾਂ ਅਤੇ ਜਿਹੜਾ ਹਾਂ ਆ ਗੇਟ ਜਾਂ ਇਹਦੇ ਵਿੱਚ ਨਾ ਮਾਰ ਦੇਵੇ। ਪਰ ਇਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਏਡੇ ਏਡੇ ਆਹ ਪੱਥਰ ਆ ਜਿਹੜੇ ਇਹ ਆਪਣੇ ਟ੍ਰੇਲਰ ਅਤੇ ਟਰੈਕਟਰ ਵੀ ਡੈਮੇਜ ਕਈ ਵਾਰੀ ਕਰ ਦਿੰਦੇ ਆ। ਜਾਂ ਆਪਣੇ ਸੱਜੇ ਹੱਥ ਆ ਜਿੱਥੇ ਆਪਾਂ ਬੈਕ ਕਰਨਾ ਟ੍ਰੇਲਰ ਦੇ ਉੱਤੇ ਆਪਾਂ ਛੱਡਣਾ, ਅਤੇ ਆਪਾਂ ਇੱਥੋਂ ਕੱਟ ਲਈਏ ਟਰੈਕਟਰ ਨੌ ਜੀ ਟਾਈ ਕਰਕੇ ਅਤੇ ਆਪਣਾ ਰੈਡੀ ਹੋਣ ਲੱਗਾ। ਆਲਮੋਸਟ ਸਭ ਤੋਂ ਪਹਿਲੀ ਚੀਜ਼ ਕੀ ਕਰੀਦੀ ਹੈ ਜਦੋਂ ਆਪਾਂ ਟ੍ਰੇਲਰ ਲਾਇਆ ਉਹ ਤੋਂ ਸਭ ਤੋਂ ਪਹਿਲੀ ਚੀਜ਼ ਕਰੀਦੀ ਹੈ ਆਪਾਂ ਜਿਹੜੇ ਟਾਇਰ ਆ ਟ੍ਰੇਲਰ ਦੇ ਨਾ ਉਹਨਾਂ ਨੂੰ ਲੋਕ ਕਰੀਦਾ। ਉਹਨਾਂ ਨੂੰ ਲੋਕ ਕਿੱਦਾਂ ਕਰੀਦਾ? ਆਹ ਦੇਖੋ ਇਹਨੂੰ ਆਪਾਂ ਖਿੱਚਣਾ ਹੁੰਦਾ ਓਕੇ ਜੀ। ਆਪਣੇ ਹੁਣ ਟ੍ਰੇਲਰ ਦੇ ਟਾਇਰ ਹੋ ਗਏ ਲੋਕ। ਸੈਕਿੰਡ ਸਟੈਪ ਆ ਉਹ ਹੈਗਾ ਆ ਆਪਾਂ ਜਿਹੜਾ ਟ੍ਰੇਲਰ ਆ ਨਾ ਟਰੈਕਟਰ ਅਤੇ ਟ੍ਰੇਲਰ ਨੂੰ ਜਿਹੜਾ ਸੈਪਰੇਟ ਕਰਨ ਲਈ ਵਿੱਚ ਲੋਕ ਹੁੰਦਾ ਉਹਨੂੰ ਆਪਾਂ ਅਨਲੋਕ ਕਰ ਦੇਣਾ। ਆਹ ਜਿਹੜਾ ਹੈਂਡਲ ਹੁੰਦਾ ਇਹਨੂੰ ਖਿੱਚਣਾ ਹੁੰਦਾ, ਠੀਕ ਹੈ ਜੀ। ਖਿੱਚ ਕੇ ਆਪਾਂ ਅਨਲੋਕ ਕਰ ਦਿੱਤਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਲੈਂਡਿੰਗ ਗੇਅਰ ਉਹਨੂੰ ਲਾਉਣਾ ਹੁੰਦਾ, ਆਹ ਹੈਂਡਲ ਹੁੰਦਾ ਜਿਹੜਾ ਓਕੇ। ਅਤੇ ਇਹਨੂੰ ਆਪਾਂ ਘੁਮਾਉਣਾ ਆ ਜਿਹਦੇ ਨਾਲ ਆਪਣੇ ਜਿਹੜੇ ਫੀਟ ਆ ਥੱਲੇ ਲੱਗ ਜਾਣੇ। ਆਹ ਦੇਖੋ ਆਲਰਾਈਟ। ਨੈਕਸਟ ਸਟੈਪ ਜਿਹੜਾ ਹੁਣ ਹੋਣਾ ਆ ਉਹ ਹੈਗਾ ਆ ਆਪਾਂ ਜਿਹੜਾ ਆਪਣਾ ਜਿਹੜਾ ਟਰੱਕ ਆ ਉਹਨੂੰ ਥੋੜ੍ਹਾ ਜਿਹਾ ਅੱਗੇ ਨੂੰ ਮੂਵ ਕਰਨਾ, ਐਵੇਂ ਥੋੜ੍ਹਾ ਜਿਹਾ ਕਰਨਾ ਹੁੰਦਾ ਓਕੇ। ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਆ ਉਹ ਆਪਾਂ ਜਿਹੜੀਆਂ ਵਾਇਰ ਆ ਬ੍ਰੇਕ ਵਾਲੀਆਂ ਅਤੇ ਦੂਜੀਆਂ ਇਲੈਕਟ੍ਰਿਕ ਜਿਹੜੀਆਂ ਲਾਈਟ ਦੀਆਂ ਪਿਛਲੀਆਂ ਟ੍ਰੇਲਰ ਨੂੰ ਜਾਂਦੀਆਂ ਉਹ ਆਪਾਂ ਸੈਪਰੇਟ ਕਰ ਦਿੰਦੇ। ਉਹ ਕਿੱਦਾਂ ਕਰੀਦੀਆਂ? ਤਾਂ ਜਿਹੜੀ ਪਹਿਲੀ ਆ ਆਪਣੀ ਯੈਲੋ, ਇਹਨੂੰ ਪੱਤਾ ਨੂੰ ਖਿੱਚਣਾ ਹੁੰਦਾ ਔਰ ਬਾਹਰ ਨੂੰ ਖਿੱਚ ਕੇ। ਉਸ ਤੋਂ ਬਾਅਦ ਜਿਹੜਾ ਆਹ ਜਿਹੜੀ ਰਬੜ ਹੈ ਉਹਨੂੰ ਪ੍ਰੋਟੈਕਟ ਕਰਨ ਲਈ ਪਲਾਸਟਿਕ ਹੁੰਦੀ ਆ ਉਹ ਕੈਪ ਉੱਪਰ ਲਾ ਦੇਈਦੀ ਹੈ ਓਕੇ। ਇਕੱਲੀ ਇਕੱਲੀ ਜਗ੍ਹਾ ਬਣੀ ਹੋਈ ਆ। ਆਹ ਸੈਕਿੰਡ ਹੈ ਜਿਹੜੀ ਇਹ ਵੀ ਲਾਈਟ ਦੀ ਹੈ ਓਕੇ।
ਇੱਥੇ ਆ ਲੌਕ ਲੱਗਾ ਹੋਣਾ, ਇਹਨੂੰ ਪਿੱਛੇ ਨੂੰ ਖਿੱਚਣਾ ਹੈ, ਇੱਧਰ ਕਿੱਦਾਂ ਖਿੱਚਣਾ, ਇਹਨੂੰ ਕਿੱਦਾਂ ਖਿੱਚਣਾ। ਓਕੇ ਆ ਲਓ ਜੀ, ਥੋੜ੍ਹੀ ਜਿਹੜੀ ਲਾਈਟ ਦੀ ਹੈ ਅਤੇ ਇੱਕ ਪਾਸੇ ਏਅਰ ਵਾਪਸ ਆਉਂਦੀ ਹੈ, ਇੱਦਾਂ ਹੁੰਦਾ ਹੈ। ਔਲਰਾਈਟ ਲਓ ਜੀ, ਇਹ ਹੋ ਗਈਆਂ ਸੈਪਰੇਟ ਆਪਣੀਆਂ ਪਾਈਪਾਂ ਅਤੇ ਤਾਰਾਂ। ਅਤੇ ਹੁਣ ਆਪਾਂ ਕੀ ਕਰਨਾ ਆ, ਹੁਣ ਆਪਾਂ ਜਿਹੜਾ ਉਹ ਆਪਣਾ ਟ੍ਰੇਲਰ ਆ ਉਹਨੂੰ ਆਪਾਂ ਤਾਂ ਨੂੰ ਥੋੜ੍ਹਾ ਜਿਹਾ ਤਾਂ ਨੂੰ ਚੱਕਣਾ ਹੈ। ਤਾਂ ਚੱਕ ਹੋ ਗਿਆ, ਲੈਂਡਿੰਗ ਗੇਅਰ ਆ ਉਹਨੂੰ ਆਪਾਂ ਘੁਮਾ ਕੇ ਜਿਹੜੇ ਫੀਟ ਆ ਉਹ ਥੱਲੇ ਲਾ ਦੇਣੇ ਆ। ਬਿਲਕੁਲ ਥੋੜ੍ਹਾ ਜਿਹਾ ਹਲਕਾ ਜਿਹਾ ਚੱਕਣਾ ਹੁੰਦਾ। ਕਈ ਵਾਰੀ ਕੀ ਹੁੰਦਾ ਹੈ, ਕੋਈ ਜਿਹੜੇ ਕਈ ਜਿਹੜੇ ਟਰੱਕ ਆ ਨਾ ਉਹਨਾਂ ਦਾ ਜਿਹੜੀ ਪਲੇਟ ਹੁੰਦੀ ਹੈ ਹੁੱਕ ਦੇ ਨਾਲ ਜਿਹੜੀ ਲੱਗਦੀ ਹੈ ਉਹ ਥੋੜ੍ਹੀ ਉੱਚੀ ਹੁੰਦੀ ਹੈ, ਅਤੇ ਉਹ ਇਸ ਕਰਕੇ ਆਪਾਂ ਨੂੰ ਟ੍ਰੇਲਰ ਹਮੇਸ਼ਾ ਹੀ ਉੱਪਰ ਹੋਵੇ ਤਾਂ ਵਧੀਆ ਰਹਿੰਦਾ ਹੈ। ਆਪਾਂ ਜਿਹੜੀ ਪਲੇਟ ਹੈ ਆਪਣੀ ਜਿਹੜੀ ਇਹਨੂੰ ਆਪ ਬਿਲਕੁਲ ਲੈਵਲ ਕਰ ਦੇਣਾ। ਦੇਖੋ ਇਹ ਟ੍ਰੇਲਰ ਨਾਲੋਂ ਪਲੇਟ ਜਿਹੜੀ ਹੈ ਜਿਹੜੀ ਹੁੱਕ ਤੋਂ ਪਲੇਟ ਜਿਹੜੀ ਸੈਪਰੇਟ ਹੋ ਗਈ ਹੈ। ਆਪਣਾ ਜਿਹੜਾ ਟਰੈਕਟਰ ਅਤੇ ਟ੍ਰੇਲਰ ਬਿਲਕੁਲ ਸੈਪਰੇਟ ਹੈ, ਹੁਣ ਆਪਾਂ ਨਿਕਲ ਸਕਦੇ ਹਾਂ। ਲਓ ਜੀ ਆਪਾਂ ਨਿਕਲ ਰਹੇ ਹਾਂ ਹੁਣ ਜੀ। ਦੇਖ ਲਓ ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਗੀ, ਸਟੈਪ ਬਾਏ ਸਟੈਪ ਤੁਸੀਂ ਜੇ ਸਾਰਾ ਕੁਛ ਕਰਦੇ ਹਾਂ ਤਰੀਕੇ ਨਾਲ ਕਰਦੇ ਹਾਂ, ਕੋਈ ਕਾਹਲੀ ਨਹੀਂ ਕਰਨ ਦੀ ਲੋੜ। ਆਰਾਮ ਨਾਲ ਕਰੋ, ਜਿੰਨੇ ਸਟੈਪ ਹੈ ਸਹੀ ਤਰੀਕੇ ਨਾਲ ਕਰੋਗੇ ਕੋਈ ਐਕਸੀਡੈਂਟ ਨਹੀਂ ਹੋਊਗਾ, ਠੀਕ ਹੈ ਜੀ। ਅਤੇ ਕਿਉਂਕਿ ਮੈਂ ਕਈ ਵਾਰੀ ਆਪਣੀ ਅੱਖੀਂ ਇੰਸੀਡੈਂਟ ਦਾ ਦੇਖੀ ਆ ਵੀ ਜਿਹਦੇ ਵਿੱਚ ਲੈਂਡਿੰਗ ਗੇਅਰ ਲਾਉਣਾ ਭੁੱਲ ਜਾਂਦੇ, ਜਿਹੜੇ ਫੀਟ ਹੁੰਦੇ ਆ ਉਹਦੇ ਆਪਣੀਆਂ ਆਪਣੇ ਟ੍ਰੇਲਰ ਦੇ ਜਿਹੜੇ ਫੀਟ ਆ ਉਹਨਾਂ ਨੂੰ ਗਰਾਊਂਡ 'ਤੇ ਪ੍ਰੋਪਰ ਸੈੱਟ ਕਰਨਾ ਭੁੱਲ ਜਾਂਦੇ ਆ। ਓਕੇ ਕਾਹਲੀ ਕਾਹਲੀ ਸਾਰਾ ਕੁਛ ਕਰਦੇ, ਅਤੇ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਜਿਹੜੀ ਆ ਆਪਣੇ ਟ੍ਰੇਲਰ ਆ ਉਹ ਡਿੱਗਦੇ ਦੇਖੇ ਆ ਥੱਲੇ, ਠੀਕ ਹੈ ਜੀ। ਫਿਰ ਬੜਾ ਹੀ ਪੰਗਾ ਪੈਂਦਾ, ਫਿਰ ਫੋਰਕਲਿਫਟ ਦਾ ਫਿਰ ਕਈ ਵਾਰੀ ਮੰਗਵਾਉਣੀ ਪੈਂਦੀ ਹੈ ਇੱਕ ਲਿਫਟ ਜੀ, ਜਿਹਦੇ ਨਾਲ ਫਿਰ ਚੱਕਦੇ ਆ ਤਾਂ ਅਤੇ ਨੁਕਸਾਨ ਬਹੁਤ ਹੋ ਜਾਂਦਾ, ਟੁੱਟ ਭੱਜ ਜਾਂਦੀ ਹੈ ਚੀਜ਼ਾਂ। ਅਤੇ ਇਸ ਕਰਕੇ ਜਿੰਨਾ ਆਪਾਂ ਟਰਾਈ ਕਰੂੰਗੇ ਵੀ ਸਾਰਾ ਤਰੀਕੇ ਨਾਲ ਸਾਰਾ ਕੁਛ ਡਬਲ ਚੈੱਕ ਕਰੋ, ਧਿਆਨ ਨਾ ਕਰੋ, ਸੋਚ ਸਮਝ ਕੇ ਕਰੋ ਤਾਂ ਕਿ ਕੋਈ ਐਕਸੀਡੈਂਟ ਨਾ ਹੋਵੇ, ਕਿਉਂਕਿ ਜੇ ਐਕਸੀਡੈਂਟ ਹੋਊਗਾ ਆਪਣੀ ਤਨਖਾਹ 'ਚ ਪੈਸੇ ਕੱਟਣੇ। ਆਹ ਦੇਖ ਲਓ ਆਹ ਜਿਹੜੇ ਫਰਾਂਸ ਦੇ ਵਿੱਚ ਆ ਜੀ, ਜਿਹੜੇ ਬਣਾਏ ਹੋਏ ਇਹਨਾਂ ਨੇ ਆਹ ਟੂਲ ਟੂਲ ਜੇ ਅਤੇ ਆਹ ਪਾਰਕਿੰਗ ਬੈਰੀਅਰ ਜੇ ਲਾਏ ਜਾਂਦੇ, ਇੰਨੇ ਕੁ ਜ਼ਿਆਦਾ ਟਾਈਟ ਆ ਨਾ ਜੀ। ਦੇਖੋ ਫੁੱਟ ਫੁੱਟ ਦਾ ਮਸੀਂ ਫਾਸਲਾ ਹੈ, ਜੇ ਬੰਦਾ ਮਾੜਾ ਜਿਹਾ ਵੀ ਇੱਧਰ ਉੱਧਰ ਸਟੇਅਰਿੰਗ ਕਰੂਗਾ ਛਿੱਲੂਗਾ ਟਾਇਰ। ਆਹ ਤੁਹਾਨੂੰ ਮੈਂ ਅੱਗੇ ਦਿਖਾਉਣਾ ਹੁਣ, ਮੈਨੂੰ ਨਹੀਂ ਸਮਝ ਲੱਗਦੀ ਵੀ ਕਿਉਂ ਇੱਦਾਂ ਕੀਤਾ ਹੈ ਵੀ। ਅਤੇ ਆਹ ਹੁਣ ਦੇਖੋ ਤੁਹਾਡੇ ਜਿਹੜਾ ਆਪਣੇ ਖੱਬੇ ਪਾਸੇ ਇੱਕ ਥੜੀ ਜਿਹੀ ਆ, ਚਲੋ ਉੱਧਰ ਪੱਥਰ ਲਾਇਆ ਉਹ ਵੱਖਰੀ ਗੱਲ ਆ ਵੀ ਪੋਲ ਤੋਂ ਬਚਣਾ, ਥੜੀ ਬਣਾਈ ਹੈ ਕਾਹਦੇ ਲਈ ਬਣਾਈ ਮੈਨੂੰ ਤਾਂ ਨਹੀਂ ਸਮਝ ਲੱਗਦੀ। ਇਹ ਭੰਨਣ ਨੂੰ ਹੀ ਬਣਾਇਆ ਵੀ ਟਾਇਰ ਭੰਨੇ ਹੋਵੇ ਟਰੈਕਟਰ ਭੰਨ ਹੋਵੇ, ਇਹਨਾਂ ਦਾ ਜਾਣਾ ਕੱਖ ਨਹੀਂ ਗਾ ਤਾਂ ਆਪਣਾ ਰਹਿਣਾ ਕੁੱਖ ਨਹੀਂ ਗਾ। ਇਸ ਕਰਕੇ ਵੀ ਆਪਾਂ ਨੂੰ ਬੜਾ ਹੀ ਖਿਆਲ ਰੱਖਣਾ ਪੈਂਦਾ ਟਰੈਕਿੰਗ ਲਾਈਫ ਜਿਹੜੀ ਆ, ਡਰਾਈਵਿੰਗ ਲਾਈਫ ਕਹਿ ਦਈਦਾ ਵੀ ਟਰੱਕ ਡਰਾਈਵਰ ਹੈ, ਪਰ ਹਾਰਡ ਆ ਲਾਈਫ, ਥੋੜ੍ਹੀ ਜਿਹੀ ਹਾਰਡ ਆ। ਹਰੇਕ ਵਾਰੀ ਚੁਕੰਨੇ ਰਹਿਣਾ ਪੈਂਦਾ, ਹਰ ਟਾਈਮ ਬੰਦੇ ਨੂੰ ਖਿਆਲ ਰੱਖਣਾ ਪੈਂਦਾ ਵੀ ਕੋਈ ਇੱਦਾਂ ਦਾ ਇੰਸੀਡੈਂਟ ਨਾ ਹੋ ਜਾਵੇ ਬੰਦੇ ਨੂੰ ਵੀ, ਜਿਹੜਾ ਕੋਈ ਨੁਕਸਾਨ ਹੋ ਜਾਵੇ, ਬੜਾ ਹੀ ਖਿਆਲ ਰੱਖਣਾ ਪੈਂਦਾ। ਬਾਕੀ ਚਲੋ ਜੇ ਬੰਦਾ ਧਿਆਨ ਰੱਖਦਾ ਸਭ ਕੁਛ ਸਹੀ ਤਰੀਕੇ ਨਾਲ ਕਰਦਾ ਕੋਈ ਕੁਛ ਨਹੀਂ ਹੁੰਦਾ, ਅਤੇ ਮਹਾਰਾਜ ਦੀ ਕਿਰਪਾ ਨਾਲ ਸਭ ਕੁਛ ਵਧੀਆ ਹੀ ਰਹਿੰਦਾ ਆ। ਓਕੇ ਜੀ, ਅਤੇ ਚਲੋ ਜੀ ਹੁਣ ਅਸੀਂ ਚੱਲਦੇ ਹਾਂ ਸਪੇਨ ਨੂੰ, ਚੱਲਣਾ ਆ ਬਾਰਸਲੋਨਾ। ਅਤੇ ਇੰਨੀਆਂ
ਜਿਹੜੀਆਂ ਗੱਲਾਂ ਸੀਗੀਆਂ ਜੀ ਆਪਣੇ ਨੂੰ ਟਰਾਈ ਕੀਤੀ ਹੈ ਤੁਹਾਨੂੰ ਐਕਸਪਲੇਨ ਕਰਨ ਲਈ ਵੀ ਕਿੱਦਾਂ ਆਪਾਂ ਸੈਪਰੇਟ ਕਰ ਸਕਦੇ ਹਾਂ ਟ੍ਰੇਲਰ ਨੂੰ ਆਪਣੇ ਟਰੈਕਟਰ ਦੇ ਨਾਲ। ਠੀਕ ਹੈ ਜੀ, ਹਾਂ ਦੇਖ ਲਓ ਹੁਣ ਨਿਕਲ ਰਿਹਾ ਮੈਂ ਹੁਣ ਇੱਕ ਹੋਰ ਤੁਹਾਨੂੰ ਮੈਂ ਟੋਲ ਪਲਾਜ਼ਾ ਦਿਖਾਉਣ ਲੱਗਾ ਦੁਬਾਰਾ ਫਿਰ ਕਿੰਨਾ ਕੁ ਟਾਈਟ ਹੈ ਵੀ ਤੁਸੀਂ ਸੋਚ ਲਓ ਵੀ ਕਿੰਨਾ ਕਿੱਦਾਂ ਬੰਦਾ ਲੰਘੂਗਾ ਜੇ ਬੰਦੇ ਨੇ ਮਾੜੀ ਜਿਹੀ ਵੀ ਅਣਗਹਿਲੀ ਕੀਤੀ ਨਹੀਂ। ਪਿਛਲਾ ਟ੍ਰੇਲਰ ਅਤੇ ਮੋਹਰ ਜਿਹੜਾ ਟਰੈਕਟਰ ਦੇ ਜਿਹੜੇ ਆਹ ਆਪਣੇ ਉਹ ਹੁੰਦੇ ਆ ਸਾਈਡ ਵਿਊ ਮਿਰਰ ਉਹ ਅਤੇ ਟਾਇਰ ਛਿੱਲ ਹੋ ਜਾਂਦੇ ਜੀ ਬਹੁਤ ਜ਼ਿਆਦਾ। ਲਓ ਜੀ ਆਹ ਤੁਸੀਂ ਸਾਈਨ ਬੋਰਡ ਦੇਖ ਲਓ, ਇੱਕ ਹੈਗਾ ਪਰਪੀਆਂ ਤੁਲੂਜ਼ ਜਿਹੜਾ ਉੱਪਰਲਾ ਆ ਉਹ ਹੈਗਾ ਫਰਾਂਸ ਦੇ ਵਿੱਚ, ਆਪਾਂ ਜਿਹੜਾ ਬਰਸਲੋਨਾ ਜਿਹੜਾ ਥੱਲੜੇ ਪਾਸੇ ਹੈ। ਠੀਕ ਹੈ, ਮੋਟਰਸਾਈਕਲ ਦੌੜਾ ਹੀ ਜਾਂਦਾ ਹੈ ਇੱਦਾਂ ਦਾ ਹੋਵੇ ਇੱਕ ਰੱਖਿਆ ਹੋਇਆ। ਲਓ ਆਪਾਂ ਜਾ ਰਹੇ ਹਾਂ ਬਰਸਲੋਨਾ ਸਾਈਡ। ਓਕੇ, ਆ ਗਿਆ ਟੋਲ ਪਲਾਜ਼ਾ ਜਿਹਦੀ ਮੈਂ ਗੱਲ ਕਰਦਾ ਸੀਗਾ, ਅਤੇ ਮੈਂ ਚਾਹੁੰਦਾ ਹੁੰਦਾ ਉੱਦਾਂ ਵੀ ਮੈਂ ਕੱਢਾਂ ਤੁਸੀਂ ਅਮੋਹਰੇ ਟਰੱਕ 'ਚ ਦੇਖ ਲਓ, ਤੁਸੀਂ ਲਾ ਲਓ ਅੰਦਾਜ਼ਾ ਆ ਕੀ ਹਿਸਾਬ ਕਿਤਾਬ ਆ। ਅਤੇ ਆ ਜਿਹੜੇ ਸਾਈਡਾਂ 'ਤੇ ਆ ਪੋਲ ਜੇ ਲਾਏ ਹੋ ਆ ਦੇਖੋ ਮਸ਼ੀਨ ਦੇ ਨਾਲ ਜਿਹੜਾ ਪਲੇਨ ਬਿਲਕੁਲ ਹੀ ਬੰਦਾ ਨਾਲ ਹੀ ਬਿਲਕੁਲ ਲੱਗਾ ਹੁੰਦਾ ਹੈ। ਮੈਂ ਚਾਹੁੰਦਾ ਹੁੰਦਾ ਤੁਹਾਨੂੰ ਦਿਖਾਉਣਾ, ਪਰ ਆ ਸਾਈਡਾਂ 'ਤੇ ਪੁਲਿਸ ਖੜ੍ਹੀ ਹੁੰਦੀ ਹੈ ਇੱਥੇ ਜਿੰਨੇ ਵੀ ਟੋਲ ਪਲਾਜ਼ੇ ਆ, ਅਤੇ ਐਵੇਂ ਫਾਈਨ ਫੂਨ ਕਰੂਗੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੈ। ਅਤੇ ਅੱਜ ਦੇ ਲਈ ਇੰਨਾ ਕਿ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ, ਅਤੇ ਆਪਣਾ ਖਿਆਲ ਰੱਖਿਓ ਸਾਰੇ ਜਣੇ ਜੀ, ਆਪਣੀ ਫੈਮਿਲੀ ਦਾ ਖਿਆਲ ਰੱਖਿਓ। ਮੈਂ ਵੀ ਥੋੜ੍ਹਾ ਜਿਹਾ ਬਿਮਾਰ ਰਿਹਾ, ਗਲਾ ਗੁਲਾ ਮੇਰਾ ਕਾਫੀ ਖਰਾਬ ਰਿਹਾ, ਹੁਣ ਮੈਂ ਠੀਕ ਹਾਂ ਥੋੜ੍ਹਾ ਜਿਹਾ। ਬਾਕੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ, ਅਤੇ ਲਾਈਕ ਸ਼ੇਅਰ ਕਰ ਦਿਓ ਪਲੀਜ਼ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਆ। ਅਤੇ ਮਿਲਦੇ ਹਾਂ ਭਾਅ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕੁਛ ਨਾ ਕੁਛ ਨਵਾਂ ਲੈ ਕੇ। ਉਦੋਂ ਤੱਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਰੱਬ ਰੱਖਾ।